ਸਤਿ ਸ਼੍ਰੀ ਅਕਾਲ ਜੀ ਮੇਰੀਆਂ ਵੀਰਾ ਭੈਣਾ ਭਰਾਵਾਂ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਮੈਨੂੰ ਨਾ ਬੜੇ ਚਲੇ ਮੈਸੇਜ ਆਉਂਦੇ ਸੀਗੇ ਕਿ ਤੁਸੀਂ ਡੇਲੀ ਮੇਕਅਪ ਲੁੱਕ ਕ੍ਰੀਏਟ ਕਰੋ ਤੁਸੀਂ ਆਪਣੇ ਉੱਤੇ ਮੇਕਅਪ ਕੀ ਵੇ ਕਰਦੇ ਹੋ ਕਿਹੜੇ ਪ੍ਰੋਡਕਟ ਯੂਜ਼ ਕਰਦੇ ਹੋ ਤੇ ਅੱਜ ਮੈਂ ਜਾਣਾ ਸੀਗਾ ਕਿੱਟੀ ਤੇ ਮੈਂ ਕਿਹਾ ਚਲੋ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਾਵੇਗਾ ਕਿੱਟੀ ਤੇ ਜਾਣ ਲਈ ਕਿੱਦਾਂ ਤਿਆਰ ਹੋਈਦਾ ਵਾ ਤੇ ਕਿੱਟੀ ਤੇ ਜਾ ਕੇ ਅੱਖਾਂ ਕਿੱਦਾਂ ਮਟਕਾਣੀਆਂ ਵਾ ਤੇ ਅੱਖਾਂ ਨਸ਼ੀਲੀਆਂ ਕਿੱਦਾਂ ਬਣਾਉਣੀਆਂ ਵਾ so that ਆਪਾਂ ਥੋੜੇ ਲੱਗੀਏ ਤੇ ਜੇ ਅੱਖਾਂ ਸਾਡੀਆਂ ਸੋਹਣੀਆਂ ਲੱਗਣ ਤੇ ਸਾਡੀ ਓਵਰঅল ਲੁੱਕ ਸੋਹ सो दैट्स वाई मैं लेंसि पा लिया तो लेंस नहीं भी पा लेते तभी चलूगा इट्स ओके परसनल चॉइस लेकिन मैं थे लेंस पा लेते लैस पाने बाद अभी लाया मॉइस्चराइजर स्किन चंकी तरह करनी है हाइड्रेसन क्योंकि मॉइस्चराइजर बहुत इंपॉर्टेंट रोल प्ले करता वा मेकअप से जे सा स्किन हाइड्रेटिड होगी तो मेकअप वीडियो रहेगा तो उस बाद असी अपलाई किया सनस्क्रीन क्योंकि गर्मिया का मौसम है तो गर्मिया यू वी रेज बहुत ज़्यादा स्ट्रोंग हुई होंगी वा तो सनस्क्रीन आप जरूर लावे हूँ कई लोग कहेंगे कह सनस्क्रीन नहीं लाईद मेकअप तो पहले बट मैं ला लैंना वा ਸੋ ਤੁਸੀਂ ਵਿਲਾਲ ਰਿਹਾ ਤੇ ਲਾਣਾ ਤੁਹਾਡੀ ਬਾਕੀ ਤੇਰੀ ਪਰਸਨ ਚੁਆਇਸ ਆ ਉਸ ਤੋਂ ਬਾਅਦ ਅਸੀਂ ਕਰੈਕਟਰ ਦੇ ਨਾਲ ਜਿੱਥੇ ਜਿੱਥੇ ਮੈਨੂੰ ਕਰੈਕਸ਼ਨ ਦੀ ਲੋੜ ਸੀਗੀ ਅਸੀਂ ਉਹਨੂੰ ਲਗਾ ਲਿੱਤਾ ਕਨਸੀਲਰ ਕਰੈਕਟਰ ਨੂੰ ਐ 4 ਇਨ 1 ਕਰੈਕਟਰ ਐ ਸੋ ਦੈਟਸ ਵਾਈ ਇਹਦੇ ਨਾਲ ਮੈਨੂੰ ਜ਼ਿਆਦਾ ਚੀਜ਼ਾਂ ਲਾਣ ਦੀ ਲੋੜ ਨਹੀਂ ਪੈਣੀ ਮੇਰੇ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਦਿੰਦਾ ਵੈ ਸੋ ਜੇ ਤੁਹਾਨੂੰ ਸ਼ੇਡ ਪੁੱਛਣਾ ਹੋਏਗਾ ਤਾਂ ਕਮੈਂਟ ਕਰ ਦਿਓ ਮੈਂ ਕਮੈਂਟਸ 'ਚ ਤੁਹਾਨੂੰ ਦੱਸ ਦਵਾਂਗਾ ਕਿ ਦੀ ਸ਼ੇਡ ਕਿਹੜੀ ਐ ਬ੍ਰਾਂਡ ਦਾ ਨਾਮ ਵੀ ਰਿਵੀਲ ਕਰ ਦਵਾਂਗਾ ਤੇ ਉਸ ਤੋਂ ਬਾਅਦ ਮਮੀ ਅਗੇ ਸਿਕ ਮੈਨੂੰ ਚੌਲ ਖਾਣ ਦੇ ਵਿੱਚ ਚੌਲ ਖਾਦਦੇ ਤੇ ਉਸ ਤੋਂ ਬਾਅ ਜ਼ਰੂਰੀ ਹੈ ਮੇਕਅਪ ਵਿੱਚ ਤੇ ਹੁਣ ਕਈ ਜਾਨੇ ਕਹਿਣਗੇ ਕਿ ਦੇ ਕੱਟ ਪ੍ਰੋਡਕਟ ਦੇ ਨਾਲ ਇਨੀ ਵਧੀਆ ਲੁੱਕ ਨਹੀਂ ਆਂਦੀ ਬਟ ਨਹੀਂ ਆ ਜਾਂਦੀ ਆ ਤੁਸੀਂ ਟ੍ਰਾਈ ਕਰੋ ਜਿੰਨਾ ਕੱਟ ਪ੍ਰੋਡਕਟ ਲਗਾਓਗੇ ਉਨੀ ਵਧੀਆ ਲੁੱਕ ਆਉਗੀ ਤੇ ਅਸੀਂ ਇਹ ਕਰ ਲਿੱਤਾ ਹੁਣ ਇਹਨੂੰ ਚੰਗੀ ਤਰ੍ਹਾਂ ਬਲੈਂਡ 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 ਕਰਨ ਤੋਂ ਬਾਅਦ ਅਸੀਂ ਕਰਾਂਗੇ ਹੁਣ ਬੇਕਿੰਗ ਹੈ ਮਫੂਕ ਮਾਰੀ ਕਿਉਂਕਿ ਮੈਂ ਕਈ ਮੇਕਅਪ ਆਰਟਿਸਟ ਨੂੰ ਵੇਖਿਆ ਹੈ ਦਫੂਕ ਮਾਰਦੇ ਹੁੰਦੇ ਆ ਲੇਕਿ ਮੇਰੀ ਤੇ ਸਹੀ ਵਜਿ ਨਹੀਂ ਚਲੋ ਤੁਸੀਂ ਵੀ ਟ੍ਰਾਈ ਕਰ ਲਿਓ ਜੇ ਵਜਿ ਕਿਤੇ ਮੈਨੂੰ ਦੱਸਿਓ ਜ਼ਰੂਰ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਕਰਾ ਕੇ ਬੇਕਿੰਗ ਬੇ पाउडर सेटिंग ਕਰਨ ਤੋਂ ਬਾਅਦ ਦੋਸਤੋ ਬਾਅਦ ਆਪਾਂ ਤੁਹਾਡੇ ਕਿਤੇ ਡਰਮੇ ਆਈ ਡੋਨਟ ਨੋ ਮੇਰਾ ਹੀ ਮੂੰਹ ਬੰਦ ਹੋ ਗਿਆ ਸਾਰਿਆਂ ਦਾ ਬੰਦ ਆ ਮਸਕਰਾ ਲਾ ਲੱਗੇ ਤੇ ਜੇ ਤੁਹਾਡਾ ਵੀ ਬੰਦਾ ਬਦਲ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂ ਮਸਕਰਾ ਬਣਾ ਲਾ ਲੱਗੇ ਤੁਹਾਡੇ ਸਾਰਿਆਂ ਦੇ ਵੀ ਇਦਾਂ ਦੇ ਫੇਸ ਐਕਸਪ੍ਰੈਸ਼ਨਸ ਇਦਾਂ ਦੇ ਟੇਡੇ ਮੇਡੇ ਜੇ ਮੂੰਹ ਬਣ ਜਾਂਦੇ ਆ ਹੈਨਾ ਤੇ ਉਸ ਤੋਂ ਬਾਅਦ ਮਸਕਰਾ ਲਾਣ ਤੋਂ ਬਾਅਦ ਆਪਾਂ ਥੋੜਾ ਜਿਹਾ ਹੁਣ ਲੋਅਰ ਲੈਸ਼ੀਜ਼ ਤੇ ਵੀ ਮਸਕਰਾ ਲਾਵਾਂਗੇ ਸੋ ਦੈਟ ਸਾਡੀ ਅੱਖਾਂ ਚੰਗੀ ਤਰ੍ਹਾਂ ਇਨਹਾਂਸਡ ਹੋ ਜਾਣ ਤੇ ਹੋਰ ਨਸ਼ੀਲੀਆਂ ਲੱਗਣ ਤੇ ਹੁਣ ਮੈਨੂੰ ਲੱਗ ਰਿਹਾ ਸੀ ਕਿ ਕੁਝ ਕਮੀ ਤੇ ਮੈਂ ਲਾ ਲਈ ਤਾਂ ਕੱਜਲ ਬੜੀ ਦੇਰ ਬਾਅਦ ਮੈਂ ਕੱਜਲ ਆਇਆ ਮੈਨੂੰ ਪਰਸਨਲੀ ਲੱਗਦਾ ਵੈ ਕਿ ਮੈਨੂੰ ਕੱਜਲ ਨਹੀਂ ਜੱੱਚਦਾ ਬਟ ਤੁਸੀਂ ਸਾਰੇ ਜਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਮੈਨੂੰ ਕੱਜਲ ਜੱੱਚਦਾ ਹੈ ਕਿ ਨਹੀਂ ਲੱਜਦਾ ਅੱਜ ਵਾਲੀ ਲੁੱਕ ਇਟ ਮੈਨੂੰ ਲੱਗ ਰਿਹਾ ਸੀ ਕਿ ਕਿ ਚਾਚ ਰਿਹਾ ਵਾ ਕਿਉਂਕਿ ਬੜੀ ਅੱਖਾਂ ਹੋਰ ਨਸ਼ੀਲੀਆਂ ਲੱਗ ਰਹੀਆਂ तो सर्दी भी इन्हें गर्मी बहुत लगती है कई बार पख दे ही रेंगे गर्म सूरज के वगू लाल लाल तो उसका ला ला मेकअप फिक्सर मेकअप फिक्सर ला मेक आप फिक्स, मेक आप फिक्स तो बाद करा फैन दे थोड़ा जा डाई सो दैट मेकअप सारा चंकी था सैटल डाउन हो जाए स्किन के उत्ते सा मेकअप हिलेना हिलन तो बाद असी करा हूँ असी लिपर लिपर में लिप ਪਰ ਵੀ ਮੈਂ ਦੋ ਸ਼ੇਡਸ ਨੂੰ ਮਿਕਸ ਕਰਕੇ ਲਾ ਰਿਹਾ ਵਾ ਕਿਉਂਕਿ ਮੈਨੂੰ ਲਿਪ ਆਊਟਲਾਈਨ ਕੰਨੀ ਪਸੰਦਾ ਬੈ ਲਿਪਸਟਿਕ ਵੀ ਮੈਂ ਬਹੁਤ ਰੇਅਰ ਲਾਣਾ ਵਾ ਤੇ ਮੈਂ ਸੋਚਿਆ ਚਲੋ ਤੁਹਾਡੇ ਸਾਰਿਆਂ ਲਈ ਇਸ ਟਿਊਟੋਰੀਅਲ ਚ ਲਾ ਲੀਤੀ ਜਾਵੇ ਵੈਸੇ ਮੈਂ ਲਾਉਂਦਾ ਨਹੀਂ ਕਿਉਂਕਿ ਮੈਂ ਲਿਪ ਟਿੰਟ ਕਰਾਇਆ ਹੋਇਆ ਵਾ ਤੇ ਹਲਕੇ ਜਿਹੇ ਲਿਪ ਆਬ ਨਾਲ ਮੇਰਾ ਸਾੜ ਜਾਂਦਾ ਵਜਾ ਕਲੀਅਰ ਲਿਪ ਗਲਾਸ ਤਾਂ ਵੀ ਸੈਟਲਮੈਂਟ ਹੋ ਜਾਂਦੀ ਹੈ ਤੇ ਐਸੀਗੀ ਮੇਰੀ ਫਾਈਨਲ ਲੁੱਕ ਤਾਂ ਤੁਸੀਂ ਸਾਰੇ 댓글 ਕਰਕੇ ਜਰੂਰ ਦੱਸੋ ਕਿ ਕਿੱਦਾ ਦੀ ਲੱਗੀ ਤੁਹਾਨੂੰ ਫਾਈਨਲ ਲੁੱਕ ਤੇ ਮੈਨੂੰ ਐ ਵੀ ਦੱਸੋ ਮੇਰਾ ਕਜਲ ਕਿੱਦਾ ਲੱਗਾ ਤੇ ਹੁਣ ਦੇਖ ਮੈਂ ਅਫੀਤਾ ਦੁੱਕਾ ਕੇ ਦਿਖਾਉਂਗਾ ਤੇ ਮੈਨੂੰ ਬੜਾ ਇੰਜੋਏ ਕੀਤਾ ਐਸੀ ਕਿ ਤੁਸੀਂ ਧੁੱਪ ਚੋਂ ਮੇਰਾ ਨੈਚੁਰਲ ਲਾਈਟਸ ਮੇਕਅਪ ਮੇਰਾ ਕਿਵੇਂ ਦਾ ਲੱਗ ਰਿਹਾ ਸੀ ਕਿ ਤੁਸੀਂ ਵੇਖ ਲਓ ਤੇ ਗਾਇਸ ਮੈਂ ਮੇਕਅਪ ਕਲਾਸਿਸ ਵੀ ਸ਼ੁਰੂ ਕਰ ਰਿਹਾ ਹਾਂ ਤੇ ਜੇ ਤੁਸੀਂ ਮੇਕਅਪ ਕਲਾਸਿਸ ਲਈ ਇਨਰੋਲ ਕਰਨਾ ਚਾਹੁੰਦੇ ਹੋ ਤੇ ਮੈਨੂੰ ਡੀਐਮ ਕਰ ਲਓ